पंजाबी रेडियो जो ऐसे सुन रहे सारे श्रोतियां नू बलविंदर कौर वालों प्यार भरी सत श्री अकाल ते जी श्रोतियो प्रोग्राम खबर ते नज़र, खबर ते नज़र प्रोग्राम दे विच अज साडे नाल होणगे सुशील दसांझ। दसणगे भारत भर दे विच जां पंजाब दे विच की कुछ हो रहा है उत्थे दी खबरसार जाणांगे। खबरसार लैण तों पहलां जी धन्नवाद करना चाहुंदे आ साडे स्पोंसर दा जिन्होंने इस प्रोग्राम नू स्पोंसर करके तुहाडे तक पहुँचाया जी, सुरिंदर कौर तांबी ते परिवार सिरस तों, खालसा इंश्योरेंस एजेंसी वाले जिन्हों का फोन नंबर 4082722500 जो हर एक तरह की इंश्योरेंस करते हैं जी, गुरदीप सिंह बिरदी कलोविस तो, प्रीतम सिंह तलविंदर सिंह ग्याओ बेकरसफील्ड, सतनाम सिंह शेरगिल के परिवार सलमा तो, जाफी सिंह बेकरसफील्ड, सुखा सिंह जी बाईसिलिया तो, पंजाबी अमेरिकन सीनियर सिटीजन सेंटर बेकरसफील्ड, नवजोत कौर कलोटी के परिवार जुब्बल सिटी तो बहुत बहुत इन्हों के धन्नवादी हैं इन्होंने इस प्रोग्राम को स्पोंसर करके थोड़े तक पहुँचाया जी। ਗੱਲਬਾਤ ਕਰਦੇ ਹਾਂ ਜੀ ਸੁਸ਼ੀਲ ਦਸਾਂਝ ਹੋਣਾ ਦੇ ਨਾਲ। ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਸੁਸ਼ੀਲ ਦਸਾਂਝ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਖਾਤਬ ਹਾਂ, ਗੱਲਾਂ ਕਰਾਂਗੇ ਪੰਜਾਬ ਤੇ ਦੇਸ਼ ਦੇ ਸਿਆਸੀ ਆਰਥਿਕ ਤੇ ਰਾਜਨੀਤਿਕ ਵਰਤਾਰੇ ਬਾਰੇ ਤੇ ਕੋਸ਼ਿਸ਼ ਕਰਾਂਗੇ ਕਿ ਆਪਣੀ ਸਮਝ ਦੇ ਮੁਤਾਬਕ ਅਸੀਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ। ਜੇਕਰ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਟੂਡੀਓ ਚ ਫੋਨ ਕਰਕੇ ਲਿਖਵਾ ਸਕਦੇ ਹੋ, ਅਗਲੇ ਹਫ਼ਤੇ ਆਪਾਂ ਉਸ ਤੇ ਵੀ ਗੱਲ ਕਰ ਸਕਾਂਗੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਖਬਰ ਦੇ ਨਜ਼ਰ ਚ ਬਲਵਿੰਦਰ ਜੀ। ਹਾਂਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਜਿਹੜਾ ਮਾਮਲਾ ਕਾਫ਼ੀ ਭਖਿਆ ਹੋਇਆ ਕਾਫ਼ੀ ਚਿਰਾਂ ਤੋਂ ਹੈਗਾ ਆ ਕਿ ਕਿਸਾਨਾਂ ਨੇ ਜਿਹੜਾ ਹੁਣ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਾ ਆ ਅਤੇ ਇਹਨਾਂ ਦੀ ਜਿਹੜੀ ਐਜੀਟੇਸ਼ਨ ਆ ਇਸ ਦੇ ਵਿੱਚ ਸਰਕਾਰ ਘਿਰੀ ਹੋਈ ਆ, ਸਰਕਾਰ ਆਪਣੇ ਕਈ ਕਾਰਨਾਮੇ ਸਰਕਾਰ ਦੇ ਇਸ ਤਰ੍ਹਾਂ ਦੇ ਆ ਕਿ ਉਹ ਆਪਣੇ ਆਪ ਹੀ ਫਸੀ ਹੋਈ ਆ। ਅਤੇ ਦੂਸਰੀਆਂ ਜਥੇਬੰਦੀਆਂ ਦੀ ਜੇ ਗੱਲ ਕਰੀਏ ਕਿ ਇਕੱਲੀਆਂ ਇਕੱਲੀਆਂ ਜਥੇਬੰਦੀਆਂ ਜਿਹੜੀਆਂ ਆਪੋ ਆਪਣੀ ਮੰਗ ਰੱਖ ਰਹੀਆਂ ਇਹ ਕਿ ਦੂਸਰੇ ਦੀ ਮਦਦ ਨਹੀਂ ਕਰਦੀਆਂ, ਕੀ ਕਾਰਨ ਹੈ ਇਹਦੇ? ਦੇਖੋ ਕਾਰਨ ਤਾਂ ਲਾਜ਼ਮੀ ਤੌਰ ਦੇ ਉੱਤੇ ਕੁਝ ਈਗੋਜ਼ ਵੀ ਹੁੰਦੀਆਂ ਤੇ ਕੁਝ ਵਿਚਾਰ ਧਾਰਕ ਟਕਰਾਅ ਵੀ ਹੁੰਦੇ ਆ, ਪਰ ਜੇ ਇਸ ਅੰਦਾਜ਼ ਦੇ ਵਿੱਚ ਇਸ ਵੇਲੇ ਪੰਜਾਬ ਦੇ ਕਿਸਾਨ ਐਜੂਕੇਸ਼ਨ ਕਰ ਰਹੇ ਨੇ ਜਿਹਦੇ ਚ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਸਾਂਝੇ ਤੌਰ ਤੇ ਇਸ ਅੰਦੋਲਨ ਨੂੰ ਚਲਾ ਰਹੀਆਂ ਤੇ ਸਿਰਫ ਸਰਕਾਰ ਪੱਖੀ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਜਥੇਬੰਦੀਆਂ ਇਕੱਠੀਆਂ ਇਸ ਮਸਲੇ ਦੇ ਉੱਤੇ। ਤੇ ਜੇ ਕਿਤੇ ਇਸੇ ਅੰਦਾਜ਼ ਦੇ ਵਿੱਚ ਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕ ਵੀ ਇੱਕ ਵਿਸ਼ਾਲ ਕਿਸਮ ਦਾ ਮੰਚ ਉਸਾਰ ਲੈਣ, ਉਹਦੇ ਚ ਨੌਜਵਾਨ ਵੀ ਹੋਣ, ਵਿਦਿਆਰਥੀ ਵੀ ਹੋਣ, ਉਹਦੇ ਚ ਮੁਲਾਜ਼ਮ ਵੀ ਹੋਣ, ਤਾਂ ਲਾਜ਼ਮੀ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਕੈਨਵਸ ਬਣ ਜਾਏਗਾ ਤੇ ਉਸ ਕੈਨਵਸ ਤੇ ਉਸਰਿਆ ਹੋਇਆ ਲੋਕ ਵਿਦਰੋਹ ਪੰਜਾਬ ਸਰਕਾਰ ਨੂੰ ਉਹਨਾਂ ਦੀ ਹਰ ਗੱਲ ਮੰਨਣ ਵਾਸਤੇ ਮਜਬੂਰ ਕਰੇਗਾ। ਪਰ ਇਹ ਬਦਕਿਸਮਤੀ ਹੈ, ਏਦਾਂ ਹੋ ਨਹੀਂ ਰਿਹਾ, ਹੋਣਾ ਚਾਹੀਦਾ ਕਿਉਂਕਿ ਟੀਚਰ ਆਪਣੇ ਲੈਵਲ ਤੇ ਲੜਦੇ ਨੇ, ਵਿਦਿਆਰਥੀ ਤੇ ਨੌਜਵਾਨਾਂ ਦੀਆਂ ਆਪਣੀਆਂ ਲੜਾਈਆਂ ਰਹਿ ਜਾਂਦੀਆਂ ਤੇ ਕਿਸਾਨ ਮਜ਼ਦੂਰ ਆਪਣੇ ਲੈਵਲ ਤੇ ਲੜਦੇ ਨੇ। ਇਹਨਾਂ ਦੇ ਖੇਤਰ ਵੱਖਰੇ ਵੱਖਰੇ ਨੇ ਲੜਨ ਦੇ, ਪਰ ਇੱਕ ਸਾਂਝੀ ਤੰਦ ਹੈ। ਉਹ ਸਾਂਝੀ ਤੰਦ ਇਹ ਹੈ ਵੀ ਲੜਾਈ ਕਿਹਦੇ ਖਿਲਾਫ ਹੈ? ਲੜਾਈ ਸਟੇਟ ਦੇ ਖਿਲਾਫ ਹੈ, ਸਟੇਟ ਜਿਹੜੀ ਇਹਨਾਂ ਸਾਰੇ ਵਰਗਾਂ ਦਾ ਸ਼ੋਸ਼ਣ ਕਰ ਰਹੀ ਹੈ। ਜੇ ਲੜਾਈ ਸਟੇਟ ਦੇ ਖਿਲਾਫ ਹੈ ਤੇ ਸਾਰੇ ਵਰਗ ਆਪਣੇ ਇਸ ਸ਼ੋਸ਼ਣ ਤੋਂ ਪਰੇਸ਼ਾਨ, ਦੁਖੀ ਜਾਂ ਸੰਘਰਸ਼ ਵਿੱਚ ਆ ਕੇ ਇੱਕ ਮੰਚ ਤੇ ਕਿਉਂ ਨਹੀਂ ਆਉਂਦੇ? ਇਹ ਵੱਡਾ ਸਵਾਲ ਇਸ ਵੇਲੇ ਸਾਡੇ ਸਾਹਮਣੇ ਆ। ਜੇ ਉਹ ਇੱਕ ਮੰਚ ਉਹਨਾਂ ਨੂੰ ਮੁਹੱਈਆ ਹੋ ਜਾਏ ਤਾਂ ਇਸ ਸਰਕਾਰ ਨੂੰ ਭੱਜਣ ਨੂੰ ਰਸਤਾ ਨਹੀਂ ਲੱਭਣਾ, ਇਹ ਵੀ ਜ਼ਰੂਰਤ ਹੈ। ਯਾਨੀ ਪੰਜਾਬ ਦੇ ਵਿੱਚ ਲੜਨ ਵਾਲੇ ਜਿਹੜੇ ਲੋਕ ਹੈ, ਲੜਨ ਵਾਲੇ ਤੋਂ ਭਾਵ ਜਿਹੜੇ ਜੁਝਾਰੂ ਲੋਕ ਹੈ, ਜਿਹੜੇ ਆਪਣੇ ਹੱਕਾਂ ਲਈ ਆਪਣੇ ਹਿੱਤਾਂ ਲਈ ਸੰਘਰਸ਼ਾਂ ਦੇ ਵਿੱਚ ਰਹਿੰਦੇ ਨੇ ਸਦਾ, ਤੇ ਇਹ ਉਹ ਲੋਕ ਵੀ ਹੈ ਜਿਹਨਾਂ ਦਾ ਇੱਕ ਦ੍ਰਿਸ਼ਟੀਕੋਣ ਵੀ ਰਾਜਨੀਤਿਕ ਤੌਰ ਦੇ ਉੱਤੇ ਬਣਿਆ ਹੋਇਆ। ਇਸ ਕਰਕੇ ਇਹਨਾਂ ਦੀ ਲੜਾਈ ਦਾ ਕੋਈ ਮਤਲਬ ਬਣ ਜਾਂਦਾ, ਪਰ ਹੁੰਦਾ ਇਹ ਹੈ ਕਿ ਵੱਖ ਵੱਖ ਖੇਤਰਾਂ ਦੇ ਲੋਕ ਆਪਣੇ ਆਪਣੇ ਲੈਵਲ ਤੇ ਲੜਦੇ ਆ, 10 ਮੰਗਾਂ ਲੈ ਕੇ ਆਉਂਦੇ ਆ, 2 ਮੰਗਾਂ ਸਰਕਾਰ ਮੰਨ ਲੈਂਦੀ ਹੈ ਤੇ ਫਿਰ ਇਹਨਾਂ ਦੀ ਐਜੀਟੇਸ਼ਨ ਖਤਮ ਹੋ ਜਾਂਦੀ ਹੈ। ਪਰ ਅੱਜ ਦੀ ਪ੍ਰੀਖਿਆ ਦੇ ਵਿੱਚ ਪੰਜਾਬ ਦੀ ਕਿਸਾਨੀ ਨੇ ਇਹ ਜ਼ਰੂਰ ਦਿਖਾ ਦਿੱਤਾ ਹੈ ਬਈ ਜੇ ਕਿਸਾਨੀ ਦੇ ਸਿਰ ਤੇ ਸੰਕਟ ਹੈ ਤੇ ਉਹਦੀ ਕਸੂਰਵਾਰ ਸਰਕਾਰ ਹੈ ਤੇ ਸਰਕਾਰ ਦੇ ਖਿਲਾਫ਼ ਇੱਕ ਵੱਡਾ ਅੰਦੋਲਨ ਖੜਾ ਕੀਤਾ ਜਾ ਸਕਦਾ ਹੈ, ਇਹ ਜ਼ਰੂਰ ਪੰਜਾਬ ਦੀ ਕਿਸਾਨੀ ਨੇ ਦਿਖਾਇਆ। ਦੂਜੀ ਗੱਲ, ਸਰਕਾਰ ਏਦਾਂ ਫਸੀ ਹੋਈ ਹੈ। ਹੁਣ ਅੱਜ ਪੰਜਾਬ ਦੇ ਕਿਸਾਨਾਂ ਨੇ ਅੱਜ ਤੇ ਕੱਲ 12 ਜ਼ਿਲ੍ਹਿਆਂ ਚ ਰੇਲ ਗੱਡੀਆਂ ਰੋਕਣੀਆਂ, ਔਰ ਸਰਕਾਰ ਕਿੱਦਾਂ ਫਸੀ ਹੈ? ਸਰਕਾਰ ਇਹ ਤੋਂ ਬਚ ਸਕਦੀ ਸੀ ਇਸ ਲੈਵਲ ਤੇ ਵੀ ਨਾ ਰੇਲ ਟਰੈਕ ਨਾ ਰੋਡ ਜਿਹੜੇ ਆ ਸੜਕਾਂ, ਇਹ ਕਿਸਾਨ ਜਾਮ ਨਾ ਕਰਨੇ ਦੇ ਵਾਸਤੇ ਇੱਕ ਕਾਨੂੰਨ ਬਣਿਆ ਹੋਇਆ
2014 ਚ ਬਣਾਇਆ ਸਰਕਾਰ ਨੇ ਬਣਾਇਆ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ ਇਸ ਐਕਟ ਦੇ ਖਿਲਾਫ ਹੋਇਆ ਸੀ ਪਰ ਇਹ ਸਰਕਾਰ ਕੋਲ ਇੱਕ ਹਥਿਆਰ ਹੈ ਸਰਕਾਰ ਇਸ ਹਥਿਆਰ ਨੂੰ ਵਰਤ ਸਕਦੀ ਹੈ ਪਰ ਉਹ ਨਹੀਂ ਵਰਤ ਰਹੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਰਕਾਰ ਆਪਣੇ ਆਪ ਨੂੰ ਅਕਾਲੀ ਦਲ ਦੀ ਅਗਵਾਈ ਸਰਕਾਰ ਹੈ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਦੇ ਤੌਰ ਤੇ ਵੀ ਪੇਸ਼ ਕਰਨਾ ਚਾਹੁੰਦੀ ਹੈ ਤੁਹਾਨੂੰ ਯਾਦ ਹੋਏਗਾ ਜੋ ਸੰਗਤ ਦਰਸ਼ਨ ਹੁੰਦੇ ਆ ਬਾਦਲ ਸਾਹਿਬ ਦੇ ਜਾਂ ਕੋਈ ਰੈਲੀ ਹੁੰਦੀ ਬਾਦਲ ਸਾਹਿਬ ਦੀ ਮੁਲਾਜ਼ਮ ਉੱਥੇ ਪਹੁੰਚ ਜਾਂਦੇ ਆ ਤੇ ਇਸੇ ਕਾਨੂੰਨ ਦਾ ਬਹਾਨਾ ਲਾ ਕੇ ਮੁਲਾਜ਼ਮਾਂ ਦਾ ਕੁਟਾਪਾ ਚਾੜਿਆ ਜਾਂਦਾ ਬਾਦਲ ਸਾਹਿਬ ਜਿਹੜੇ ਆ ਉਹਨਾਂ ਦੇ ਸੰਗਤ ਦਰਸ਼ਨ ਚ ਕੋਈ ਵਿਘਨ ਨਾ ਪਵੇ ਹੁਣ ਕਿਉਂਕਿ ਸਰਕਾਰ ਕਿਸਾਨਾਂ ਦੇ ਹਿਤੈਸ਼ੀ ਦੇ ਤੌਰ ਤੇ ਆਪਣੇ ਨੂੰ ਪੇਸ਼ ਕਰ ਰਹੀ ਹੈ ਮੰਗਾ ਮੰਨੇ ਨਾ ਮੰਨੇ ਵੱਖਰੀ ਗੱਲ ਹੈ ਪਰ ਕਿਸਾਨਾਂ ਤੇ ਕੋਈ ਬਹੁਤ ਵੱਡਾ ਇਸ ਕਾਨੂੰਨ ਦੇ ਤਹਿਤ ਉਹ ਨਹੀਂ ਕਰਨਾ ਚਾਹੁੰਦੀ ਇਸ ਵੇਲੇ ਸਰਕਾਰ ਦੀ ਦਿੱਕਤ ਇਹ ਹੈ ਉਂਜ ਇਸ ਵੇਲੇ ਹਾਲਤ ਇਹ ਹੈ ਕਿ ਕਿਸਾਨ ਜਿਹੜੇ ਹੈ ਸੰਘਰਸ਼ ਦੇ ਵਿੱਚ ਵੀ ਹੈ ਤੇ ਕੁਝ ਕਿਸਾਨ ਨਿਰਾਸ਼ ਹੋ ਕੇ ਖੁਦਕੁਸ਼ੀਆਂ ਵੀ ਲਗਾਤਾਰ ਕਰ ਰਹੇ ਹੈ ਬਠਿੰਡਾ ਤੇ ਮਾਨਸਾ ਦੇ 3 ਕਿਸਾਨਾਂ ਨੇ ਕੱਲ ਖੁਦਕੁਸ਼ੀ ਕੀਤੀ ਜ਼ਹਿਰ ਖਾਂਦਾ ਬਠਿੰਡਾ ਦੇ ਵਿੱਚ ਮਤਲਬ ਕਰਜ਼ੇ ਕਰਕੇ ਇਹਨਾਂ ਕਿਸਾਨਾਂ ਨੇ ਮਾਨਸਾ ਦੇ ਬਠਿੰਡੇ ਦੇ ਵਿੱਚ ਜ਼ਹਿਰ ਖਾ ਕੇ ਕਿਸੇ ਤੇ ਫਸਲ ਜਿਹੜੀ ਆ ਖਰਾਬ ਹੋ ਗਈ ਸੀ ਕਿਸੇ ਤੇ ਕਰਜ਼ਾ ਸੀ ਤੇ ਕੀਟਨਾਸ਼ਕ ਦਵਾਈਆਂ ਪੀ ਕੇ ਇਹਨਾਂ ਨੇ ਆਪਣੀ ਜਿਹੜੀ ਹੈ ਜਾਨ ਦਿੱਤੀ ਹੈ ਤੇ ਉਧਰ ਸਰਕਾਰ ਜਿਹੜੀ ਆ ਗੱਲਾਂ ਤਾਂ ਕਰਦੀ ਹੈ ਕਿਸਾਨ ਹਿਤੈਸ਼ੀ ਹੋਣ ਦੀਆਂ ਪਰ ਜਿਹੜਾ ਮਸਲਾ ਹੈ ਜਿਸ ਮਸਲੇ ਕਰਕੇ ਕਿਸਾਨ ਇਸ ਵੇਲੇ ਕਿ ਉਹਨਾਂ ਦੀ ਖਾਸ ਤੌਰ ਤੇ ਕਪਾਹ ਪੱਟੀ ਨਰਮਾ ਪੱਟੀ ਦੀ ਸਾਰੀ ਫਸਲ ਤਬਾਹ ਹੋ ਗਈ ਨਕਲੀ ਕੀਟਨਾਸ਼ਕਾਂ ਕਰਕੇ ਤੇ ਉਸ ਲਈ ਦੋਸ਼ੀ ਜਿਹੜੇ ਲੋਕ ਨੇ ਉਹਨਾਂ ਦੇ ਉਹਨਾਂ ਨੂੰ ਹੈੱਡ ਕਰਨ ਵਾਲੇ ਜਿਹੜੇ ਲੋਕ ਨੇ ਕਿਸਾਨਾਂ ਦੇ ਮੁਤਾਬਕ ਉਹ ਖੇਤੀ ਮੰਤਰੀ ਹੈ ਤੋਤਾ ਸਿੰਘ ਹੋਰੀ ਉਹਨਾਂ ਦੇ ਰਿਜ਼ਾਇਨ ਕਿਸਾਨ ਮੰਗ ਰਹੇ ਹੈ ਤੇ ਸਰਕਾਰ ਉਹਨਾਂ ਦਾ ਰਿਜ਼ਾਇਨ ਦੇਣ ਨੂੰ ਤਿਆਰ ਨਹੀਂ ਇਹ ਸਾਰੇ ਕਹਿ ਲਓ ਵੀ ਹਾਲਾਤ ਦੇ ਵਿੱਚ ਇਸ ਵੇਲੇ ਪੰਜਾਬ ਦੀ ਕਿਸਾਨੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਇਹ ਲੜਾਈ ਹੋਰ ਜ਼ਿਆਦਾ ਪਰਪੱਕ ਤੇ ਹੋਰ ਜ਼ਿਆਦਾ ਅਸਰ ਅੰਦਾਜ਼ ਹੋ ਸਕਦੀ ਹੈ ਜੇ ਪੰਜਾਬ ਦੇ ਬਾਕੀ ਵਰਗ ਜਿਹੜੇ ਲੜ ਰਹੇ ਆ ਉਹ ਵੀ ਇਸ ਲੜਾਈ ਦੇ ਵਿੱਚ ਆਪਣੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਸ਼ਾਮਿਲ ਹੋ ਜਾਣ ਤਾਂ ਜੀ ਜੀ ਸੁਸ਼ੀਲ ਜੀ ਜਿਸ ਤਰ੍ਹਾਂ ਤੁਸੀਂ ਗੱਲ ਬਹੁਤ ਵੈਲਿਡ ਕੀਤੀ ਆ ਕਿ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਕੀਤੀ ਆ ਵੀ ਕਈ ਵਾਰੀ ਇਹਨਾਂ ਨੂੰ ਲਾਰੇ ਲੱਗ ਜਾਂਦੇ ਆ ਕਈ ਵਾਰੀ ਮੰਗਾਂ ਮੰਨਣ ਲਈ ਦੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਅਤੇ ਤੁਹਾਡੀ ਗੱਲ 'ਚੋਂ ਗੱਲ ਨਿਕਲਦੀ ਆ ਕਿ ਅੱਗੇ ਵੋਟਾਂ ਆ ਰਹੀਆਂ ਆ ਕਿਸਾਨਾਂ ਦੀ ਗੱਲ ਲੈ ਲਈਏ ਤਾਂ ਵੋਟਾਂ ਦੇ ਕਰਕੇ ਤਾਂ ਨਹੀਂ ਇਹ ਇੰਨੀਆਂ ਘੈਂਟ ਐਜੀਟੇਸ਼ਨਾਂ ਹੋ ਰਹੀਆਂ ਅਤੇ ਕੁਛ ਕੁ ਬੰਦੇ ਵਿੱਚ ਫਿੱਟ ਕੀਤੇ ਹੋਣ ਕਿ ਜਿਨ੍ਹਾਂ ਦੇ ਨਾਲ ਸਮਝੌਤੇ ਕਰ ਲਏ ਜਾਣ ਅਤੇ ਉਸ ਟਾਈਮ 'ਤੇ ਇਹਨਾਂ ਨੂੰ ਆਪਣੇ ਵੱਲ ਕਰ ਲਿਆ ਜਾਵੇ ਜਿਸ ਤਰ੍ਹਾਂ ਲੱਖੋਵਾਲ ਹੋ ਰਹੀਆਂ ਕਿਸੇ ਦੇ ਦਿਸਦੇ ਹੀ ਨੀਗੇ ਦੇਖੋ ਬਿਲਕੁਲ ਇਹ ਖਦਸ਼ਾ ਜਿਹੜਾ ਆ ਇਹ ਸਾਫ਼ ਤੌਰ ਦੇ ਉੱਤੇ ਸਟੈਂਡ ਕਰਦਾ ਹੈ ਖੜਾ ਖਦਸ਼ਾ ਇਹ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਅੰਦੋਲਨ ਦੀਆਂ ਰਵਾਇਤਾਂ ਉਹਦੇ 'ਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਦਰਜ ਹੈ ਵੀ ਕਦੋਂ ਜਦੋਂ ਚੋਣਾਂ ਨੇੜੇ ਆਉਂਦੀਆਂ ਹੈ ਕੁਝ ਲੋਕ ਜਿਹੜੇ ਹੈ ਉਹ ਐਜੀਟੇਟਡ ਵੇ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਹੈ ਫਿਰ ਸਰਕਾਰ ਨਾਲ ਲੈ ਦੇ ਦੀ ਇੱਕ ਪੋਲੀਟਿਕਸ ਹੁੰਦੀ ਹੈ ਤੇ ਫਿਰ ਉਹ ਜਿਹੜੀ ਐਜੀਟੇਸ਼ਨ ਹੈ ਉਹਨੂੰ ਉਹ ਖਤਮ ਉਸ ਰੂਪ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਪਰ ਉਹ ਜਿਹੜੀ ਸਾਡੇ ਇਤਿਹਾਸ ਦੇ ਵਿੱਚ ਕੁਝ ਏਦਾਂ ਦੀਆਂ ਘਟਨਾਵਾਂ ਪਈਆਂ ਉਹਦੇ ਜੇ ਤੁਸੀਂ ਧਿਆਨ ਦਓਗੇ ਸਾਨੂੰ ਇਹ ਪਤਾ ਲੱਗੇਗਾ ਕਿ ਆਪਣੇ ਸੰਘਰਸ਼ਾਂ ਨੂੰ ਐਨ ਆਖਰੀ ਪਿੱਚ ਤੇ ਲਿਜਾਣ ਵਾਲੇ ਲੋਕ ਜਦੋਂ ਸਮਝੌਤੇ ਕਰਦੇ ਆ ਤੇ ਸੰਘਰਸ਼ ਨੂੰ ਵਾਪਸ ਲੈਂਦੇ ਆ ਤਾਂ ਲੋਕ ਕਿਹੜੇ ਆ ਉਹਨੂੰ ਜਿਹੜਾ ਤੁਸੀਂ ਨਾਂ ਲਿਆ ਉਹ ਲੋਕ ਉਹ ਹੈ ਅਜਮੇਰ ਸਿੰਘ ਲੱਖੋਵਾਲ ਵਰਗੇ ਅਜਮੇਰ ਸਿੰਘ ਲੱਖੋਵਾਲ ਹੋਰੀ ਵੀ ਕਿਸਾਨੀ ਦੇ ਹੱਕ ਦੇ ਵਿੱਚ ਉਹ ਕਹਿ ਲਓ ਵੀ ਇੱਕ ਲੜਾਈ ਦਾ ਹੋਕਾ ਦਿੰਦੇ ਆਏ ਆ ਸਦਾ ਹੀ ਪਰ ਪ੍ਰੈਕਟਿਸ ਦੇ ਵਿੱਚ ਕੀ ਹੁੰਦਾ ਹੈ ਵੀ ਉਹਨਾਂ ਦੀ ਹਰ ਐਜੀਟੇਸ਼ਨ ਸਰਕਾਰ ਦੇ ਹੱਕ 'ਚ ਭੁਗਤਦੀ ਹੈ ਥੋੜੇ ਦਿਨ ਦੀ ਗੱਲ ਹੈ ਆਮ ਆਦਮੀ ਪਾਰਟੀ ਨੇ ਰੈਲੀ ਕਰਨੀ ਸੀ ਬਾਦਲ ਸਾਹਿਬ ਦੇ ਹਲਕੇ 'ਚ ਲੰਬੀ ਉਸ ਦਿਨ ਲੱਖੋਵਾਲ ਦੇ ਸੱਦੇ ਦੇ ਉੱਤੇ ਕਿਸਾਨਾਂ ਨੇ ਉਸ ਏਰੀਏ ਦੇ ਵਿੱਚ ਸੜਕਾਂ ਜਾਮ ਕੀਤੀਆਂ ਰਸਤੇ ਰੋਕੇ ਦਿਖਾਇਆ ਇਹ ਕਿ ਅਸੀਂ ਸਰਕਾਰ ਦੇ ਖਿਲਾਫ਼ ਲੜ ਰਹੇ ਹਾਂ ਤੇ ਇਹਦੇ ਢੰਗ ਨਾਲ ਮਦਦ ਸਰਕਾਰ ਦੀ ਕੀਤੀ ਜਾ ਰਹੀ ਸੀ ਤਾਂ ਜੋ ਆਮ ਆਦਮੀ ਪਾਰਟੀ ਦੀ ਲੰਬੀ ਰੈਲੀ ਸਫਲ ਨਾ ਹੋਵੇ ਰਾਹ ਰੋਕਤੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਾਂ ਹਮਾਇਤੀ ਉਸ ਰੈਲੀ 'ਚ ਨਾ ਜਾਣ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਜਾਂ ਹਮਾਇਤੀ ਜਾਂ ਖੇਤਾਂ ਬੰਦਿਆਂ ਤੋਂ ਹੁੰਦੇ ਹੋਏ ਲੰਬੀ ਪਹੁੰਚ ਗਏ 15,000 ਦੀ ਗਿਣਤੀ 'ਚ ਤੇ ਮੈਂ ਇਸ ਕਰਕੇ ਦੱਸ ਰਿਹਾ ਜਿਹੜਾ ਸਵਾਲ ਤੁਸੀਂ ਕੀਤਾ ਵੀ ਕੁਝ ਲੋਕ ਸਮਝੌਤੇ ਕਰਦੇ ਆ ਠੀਕ ਹੈ ਗੱਲ ਤੁਹਾਡੀ ਜੀ ਕੁਝ ਲੋਕ ਸਮਝੌਤੇ ਕਰਦੇ ਆ ਜਿਹੜਾ ਵੀ ਤੁਸੀਂ ਲਿਆ ਤੇ ਮੈਂ ਵੀ ਉਹਨਾਂ ਦੀ ਅਸਲੀਅਤ ਤੁਹਾਡੇ ਸਾਹਮਣੇ ਲਿਆਂਦੀ ਆ ਮੰਡੀ ਬੋਰਡ ਦੇ
ਚੇਅਰਮੈਨ ਜਗਵੀਰ ਸਿੰਘ ਲੱਖੋਵਾਲ ਕਿੱਦਾਂ ਆਪਣੀ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰਨਗੇ। ਉਹ ਸਗੋਂ ਕਿਸਾਨੀ ਦੇ ਨਾਂ ਦੇ ਉੱਤੇ ਕਿਸਾਨੀ ਦਾ ਸ਼ੋਸ਼ਣ ਜਾਂ ਐਕਸਪਲਾਈਟੇਸ਼ਨ ਜਿਹੜੀ ਹੈ ਉਹ ਕਰਨ ਦੀ ਲੀਹ ਇੱਕ ਉਹਨਾਂ ਨੇ ਫੜੀ ਹੋਈ ਹੈ। ਇਹ ਜਿਹੜੇ ਲੋਕ ਲੜ ਰਹੇ ਆ 17 ਜਥੇਬੰਦੀਆਂ 18 ਜਥੇਬੰਦੀਆਂ ਇਹ ਜਿਹਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਬਿਲਕੁਲ ਆਈਡੀਓਲੋਜੀਕਲ ਲੈਵਲ ਦੇ ਉੱਤੇ ਆਪਣੇ ਆਪ ਚ ਪ੍ਰਪੱਕ ਹੈ। ਇਹਨਾਂ ਦਾ ਇੱਕ ਇਤਿਹਾਸ ਹੈ, ਵਿਸ਼ਾਲ ਸਿੰਘ ਸਿੱਧਪੁਰ ਹੋਇਆ, ਕੁਲਵੰਤ ਸਿੰਘ ਸੰਧੂਪੁਰੀ ਹੋਏ, ਇਹ ਲੋਕ ਇਹਨਾਂ ਦਾ ਇੱਕ ਇੱਕ ਇਤਿਹਾਸ ਹੈ, ਸੰਘਰਸ਼ਾਂ ਦਾ ਇਤਿਹਾਸ। ਮੈਂ ਪਿਛਲੇ 25-30 ਸਾਲ ਤੋਂ ਇਹ ਸਾਰੇ ਸੀਨ ਨੂੰ ਦੇਖ ਰਿਹਾ, ਮੈਂ ਇਹਨਾਂ ਲੋਕਾਂ ਨੂੰ ਮਿਲਦਾ ਗਿਲਦਾ ਵੀ ਰਹਿੰਦਾ ਤੇ ਮੈਨੂੰ ਪਤਾ ਕਿ ਇਹਨਾਂ ਦਾ ਇਤਿਹਾਸ ਕੀ ਹੈ। ਇਹਨਾਂ ਦਾ ਇਤਿਹਾਸ ਐਂਟੀ ਸਟੇਟ ਰਿਹਾ ਸਦਾ, ਇਹ ਸਿਆਸਤ ਦੇ ਸੱਤਾ ਸਿਆਸਤ ਦਾ ਸਮਝੌਤਾ ਇਹਨਾਂ ਲੋਕਾਂ ਨੇ ਕਦੀ ਨੀ ਕੀਤਾ। ਹਾਂ, ਇਹ ਜ਼ਰੂਰ ਹੈ ਕਿ ਕਿਸਾਨੀ ਦੀ ਲੜਾਈ ਹੁੰਦੀ ਹੈ ਤੇ ਹਰ ਸਾਲ ਸੀਜ਼ਨ ਦੇ ਵੇਲੇ ਤੇ ਜਦੋਂ ਕਣਕ ਦਾ ਸੀਜ਼ਨ ਆਉਂਦਾ, ਝੋਨੇ ਦਾ ਸੀਜ਼ਨ ਆਉਂਦਾ, ਤੁਸੀਂ ਪਿਛਲੇ 7-8 ਸਾਲ ਦੀ ਅਖਬਾਰਾਂ ਕੱਢ ਲਓ, ਉਹ ਸੀਜ਼ਨ ਦੇਖੋ ਤੁਸੀਂ, ਉਹਨਾਂ ਮਹੀਨਿਆਂ ਚ ਜਾਓ, ਉਹ ਅਖਬਾਰਾਂ ਦੇਖੋ, ਤੁਹਾਨੂੰ ਪਤਾ ਲੱਗੇਗਾ ਇਹੀ ਲੋਕ ਹੈ ਲੜਨ ਵਾਲੇ। ਇਹ ਕੋਈ ਨਾ ਕੋਈ ਗੱਲ ਮਨਵਾ ਕੇ ਜਿਹੜਾ ਆਪਣਾ ਮਸਲਾ ਹੱਲ ਕਰਵਾਉਂਦੇ ਰਹੇ ਆ, ਇਹ ਕੋਈ ਸਮਝੌਤੇ ਨੀ ਕਰਦੇ ਰਹੇ। ਇਹਨਾਂ ਨੇ ਕਦੀ ਰਾਜ ਸੱਤਾ ਤੋਂ ਕਿਸੇ ਕਿਸਮ ਦੇ ਕੋਈ ਲਾਭ ਨੀ ਲਏ ਇਸ ਲੀਡਰਸ਼ਿਪ ਨੇ ਘੱਟੋ ਘੱਟ। ਸੋ ਲੜਨ ਦਾ ਇਤਿਹਾਸ ਜਿਹੜਾ ਆ ਕਿਸਾਨੀ ਹਿੱਤ ਦੇ ਵਿੱਚ ਜਾਂ ਕਿਸੇ ਵੀ ਲੈਵਲ ਦੇ ਉੱਤੇ ਉਹ ਇਹਨਾਂ ਲੋਕਾਂ ਦੇ ਕੋਲ ਹੈ ਤੇ ਜਿਹੜੇ ਸਮਝੌਤੇ ਕਰਨ ਵਾਲੇ ਲੋਕ ਹੈ ਉਹ ਸਾਹਮਣੇ ਆ, ਸਾਡੇ ਸਪਸ਼ਟ ਹੈ ਸਾਡੇ ਸਾਹਮਣੇ। ਸੋ ਸਰਕਾਰ ਇਹ ਜ਼ਰੂਰ ਹੈ ਕਿ ਜਦੋਂ ਲੜਾਈ ਹੁੰਦੀ ਹੈ ਤੇ ਸਰਕਾਰ ਦਸਾਂ ਮੰਗਾਂ ਦੇ ਵਿੱਚ 2-4 ਮੰਗਾਂ ਮੰਗਣੀਆਂ ਪੈਂਦੀਆਂ ਉਹਨਾਂ ਨੂੰ, ਪਰ ਉਹਦੇ ਕਰਕੇ ਅਸੀਂ ਇਹ ਕਹਿ ਦਈਏ ਕਿ ਇਹ ਸਰਕਾਰ ਨਾਲ ਕੋਈ ਸਮਝੌਤਾ ਕਰ ਗਿਆ, ਕਿਉਂਕਿ ਇਸ ਪਿੱਚ ਤੇ ਲੜਾਈ ਨਹੀਂ ਹੈ, ਆਰ ਪਾਰ ਦੀ ਲੜਾਈ ਵਾਲਾ ਮਾਹੌਲ ਪੰਜਾਬ ਚ ਹਾਲੇ ਨਹੀਂ ਹੈ। ਹਾਲੇ 10 ਮੰਗਾਂ ਜਿਹੜੀਆਂ ਤੁਸੀਂ ਰੱਖੋਗੇ ਉਹਦੇ ਵਿੱਚ 4 ਮੰਗਾਂ ਜੇ ਤੁਹਾਡੀਆਂ ਹੈਗੀਆਂ, ਇਹਦੇ ਤੇ ਹੀ ਤਸੱਲੀ ਕਰਨੀ ਪਏਗੀ, ਠੀਕ ਹੈ ਜੀ। ਤੋ ਇਸ ਸਥਿਤੀ ਦੇ ਵਿੱਚ ਇਸ ਵੇਲੇ ਪੰਜਾਬ ਦੀ ਐਜੂਕੇਸ਼ਨ ਜਿਹੜੀ ਕਿਸਾਨਾਂ ਦੀ ਚੱਲ ਰਹੀ ਹੈ, ਤੇ ਮੈਨੂੰ ਇਸ ਲੀਡਰਸ਼ਿਪ ਦੇ ਉੱਤੋਂ ਵੀ ਜਿਹੜੇ ਲੋਕ ਹੁੰਦੇ ਆ ਐਜੂਕੇਸ਼ਨ ਚ ਪਏ ਹੁੰਦੇ, ਉਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੁੰਦੀ, ਉਹ ਸਿਰਫ ਆਪਣੇ ਲਈ ਲੜ ਰਹੇ ਹੈ, ਆਪਣੀ ਤਕਲੀਫ ਦਾ ਹੱਲ ਲੱਭਣ ਵਾਸਤੇ ਲੜ ਰਹੇ ਹੈ। ਲੀਡਰਸ਼ਿਪ ਦੇ ਕੋਲ ਆਈਡੀਓਲੋਜੀ ਹੁੰਦੀ ਹੈ ਤੇ ਇਸ ਲੀਡਰਸ਼ਿਪ ਦੇ ਕੋਲ ਕਲੀਅਰ ਕਿਸਮ ਦੀ, ਸਪਸ਼ਟ ਕਿਸਮ ਦੀ ਆਈਡੀਓਲੋਜੀ, ਉਹਨੂੰ ਲੈ ਕੇ ਲੀਡਰਸ਼ਿਪ ਲੜ ਰਹੀ ਹੈ। ਇਸ ਆਈਡੀਓਲੋਜੀ ਦਾ ਸਟੇਟ ਦੇ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਪਿਛਲੇ ਸਮੇਂ ਚ ਹੋਇਆ ਨਾ ਹੋਣ ਦੀ ਸੰਭਾਵਨਾ। ਅੱਜ ਜੀ ਤੇ ਵਿੱਚ ਬਿਲਕੁਲ ਹੀ ਆਪਣੀ ਪਹਿਲੀ ਖਬਰ ਦੇ ਵਿੱਚ ਤੁਸੀਂ ਖੇਤੀ ਮੰਤਰੀ ਤੋਤਾ ਸਿੰਘ ਦੀ ਗੱਲ ਕੀਤੀ ਆ ਤੇ ਹੁਣ ਕਹਿੰਦੇ ਕਿ ਜਿਹੜੀ ਸਰਕਾਰ ਆ ਉਸ 'ਤੇ ਪ੍ਰੈਸ਼ਰ ਬੜਾ ਵੱਧ ਰਿਹਾ ਕਿ ਤੋਤਾ ਸਿੰਘ ਨੂੰ ਅੜਾ ਦਿੱਤਾ ਜਾਵੇ ਤੇ ਨਾ ਹੀ ਜੇ ਸਰਕਾਰ ਉਸ ਨੂੰ ਬਚਾਉਂਦੀ ਆ ਤੇ ਉਹ ਆਪਣੇ ਆਪ ਹੀ ਫਸ ਰਹੀ ਹੈ। ਮੈਨੂੰ ਯਾਦ ਆਉਂਦਾ ਕਿ ਡਰੱਗ ਰੈਕਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਂ ਕਿੱਦਾਂ ਬੋਲਦਾ ਰਿਹਾ ਜੀ, ਇੱਕੋ ਇੱਕ ਕੈਬਨਿਟ ਮਿਨਿਸਟਰ ਪੰਜਾਬ ਦੇ ਸਾਡੇ ਵਿਕਰਮ ਸਿੰਘ ਮਜੀਠੀਆ, ਜਿਹਨਾਂ ਨੂੰ ਕੁਐਸਚਨਿੰਗ ਕੀਤੀ ED ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ, ਜਿਹਦੇ ਕਰਕੇ ਸਹਾਇਕ ਡਾਇਰੈਕਟਰ ਜਿਹੜੇ ਨਰਿੰਦਰ ਸਿੰਘ ਉਹਨਾਂ ਦਾ ਤਬਾਦਲਾ ਤੱਕ ਕਰ ਦਿੱਤਾ ਗਿਆ, ਪਰ ਵਿਕਰਮ ਸਿੰਘ ਮਜੀਠੀਆ ਨੂੰ ਸੇਕ ਨਹੀਂ ਲੱਗਣ ਦਿੱਤਾ ਇਸ ਸਰਕਾਰ ਨੇ। ਪਰ ਉਸੇ ਡਰੱਗ ਰੈਕਟ ਦੇ ਵਿੱਚ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਸਰਵਣ ਸਿੰਘ ਫਲੌਰ ਦੇ ਬੇਟੇ ਦਾ ਨਾਮ ਵੱਜਿਆ, ਜਿਹੜੇ ਕੈਬਨਿਟ ਮੰਤਰੀ ਸੀ ਪੰਜਾਬ ਦੇ ਜੇਲ੍ਹਾਂ ਦੇ, ਸਰਵਣ ਸਿੰਘ ਬੇਟੇ ਦਾ ਨਾਮ ਵੱਜਿਆ, ਸਰਵਣ ਸਿੰਘ ਫਲੌਰ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਸੀ, ਉਹਦੇ ਤੋਂ ਰਿਜ਼ਾਈਨ ਲੈ ਲਿਆ ਗਿਆ। ਅਕਾਲੀ ਲੀਡਰਸ਼ਿਪ ਦੇ ਵਿੱਚ ਬਹੁਤ ਸਾਰੇ ਲੋਕ ਚੰਗੇ ਵੀ ਆ, ਜੇ ਮੇਰਾ ਬੇਟਾ ਕਿਤੇ ਗਲਤ ਅਨਸਰਾਂ ਦੇ ਧੱਕੇ ਚੜ ਗਿਆ, ਮੇਰੀ ਉਹਦੀ ਪਾਲਣ ਪੋਸ਼ਣ ਦੇ ਵਿੱਚ ਤਾਂ ਕਮੀ ਹੋ ਸਕਦੀ ਹੈ, ਪਰ ਉਹਦੇ ਲਈ ਕਸੂਰਵਾਰ ਮੈਂ ਕਿਵੇਂ ਹੋਇਆ? ਸਰਵਣ ਸਿੰਘ ਫਲੌਰ ਨੂੰ ਕਸੂਰਵਾਰ ਠਹਿਰਾ ਕੇ ਉੱਥੋਂ ਰਿਜ਼ਾਈਨ ਲੈ ਲਿਆ ਗਿਆ, ਕਿਉਂਕਿ ਮੁਕਾਬਲਤਨ ਅਕਾਲੀ ਲੀਡਰਸ਼ਿਪ ਦੇ ਵਿੱਚ ਮੁਕਾਬਲਤਨ ਮੈਂ ਸਮਝਦਾ ਕਿ ਸਰਵਣ ਸਿੰਘ ਫਲੌਰ ਥੋੜੇ ਸਾਊ ਕਿਸਮ ਦੇ ਸਿਆਸਤਦਾਨ ਹੈ, ਉਹਨਾਂ ਤੋਂ ਰਿਜ਼ਾਈਨ ਲੈ ਲਿਆ ਗਿਆ। ਵਿਕਰਮ ਸਿੰਘ ਮਜੀਠੀਆ ਤੋਂ ਰਿਜ਼ਾਈਨ ਤਾਂ ਕੀ ਲੈਣਾ, ਉਹਦੇ ਲਾਗੇ ਦੀ ਹਵਾ ਵੀ ਨਹੀਂ ਲੱਗਣ ਦਿੱਤੀ। ਏਦਾਂ ਜਥੇਦਾਰ ਤੋਤਾ ਸਿੰਘ ਨੂੰ ਬਚਾਇਆ ਜਾ ਰਿਹਾ ਜਿੱਦਾਂ ਵਿਕਰਮ ਸਿੰਘ ਮਜੀਠੀਆ ਨੂੰ ਬਚਾਇਆ ਜਾ ਰਿਹਾ। ਜਥੇਦਾਰ ਤੋਤਾ ਸਿੰਘ 33 ਕਰੋੜ ਦੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਨਕਲੀ ਦਵਾਈਆਂ, ਜਿਸ 17 ਬੰਦੇ ਗ੍ਰਿਫਤਾਰ ਕੀਤੇ ਗਏ ਆ, ਜਿਹਨਾਂ ਨੇ ਡੱਟ ਕੇ ਨਾ ਲਏ ਆ ਖੇਤੀ ਡਾਇਰੈਕਟਰ ਦੀ, ਜਿਹਨੂੰ ਹੁਣ ਗ੍ਰਿਫਤਾਰ ਵੀ ਕੀਤਾ ਗਿਆ, ਮੰਗਲ ਸਿੰਘ ਨੂੰ ਦੁਬਾਰਾ ਸਸਪੈਂਡ ਕਰ ਦਿੱਤਾ ਗਿਆ। ਪਰ ਮੰਗਲ ਸਿੰਘ ਜਿਹੜੀ ਗੱਲ ਕਹਿ ਰਿਹਾ, ਮੰਗਲ ਸਿੰਘ ਪੂਰੀ ਤਰ੍ਹਾਂ ਦੋਸ਼ੀ ਆ, ਨੋ ਡਾਊਟ, ਪਰ ਮੰਗਲ ਸਿੰਘ ਇਹ ਵੀ ਕਹਿ ਰਿਹਾ ਨਾਲ ਵੀ ਅਸਲੀ ਗੁਨਾਹਗਾਰ ਕੌਣ ਨੇ ਉਹ ਮੈਂ ਦੱਸਾਂਗਾ, ਉਹਦੀ ਗੱਲ ਨੀ ਸੁਣੀ ਜਾ ਰਹੀ। ਅਸਲੀ ਗੁਨਾਹਗਾਰ ਉਹਨੇ ਸਾਫ਼ ਤੌਰ ਤੇ ਕਹਿਤਾ ਕਿ ਖੇਤੀ ਮਹਿਕਮੇ ਵੱਲੋਂ ਜੋ ਕੰਮ ਇੱਥੋਂ ਕਰਵਾਏ ਗਏ ਮੈਂ ਕੀਤੇ ਆ। ਖੇਤੀ ਮਹਿਕਮਾ ਕਿਹਦੇ ਕੋਲ ਆ? ਜਥੇਦਾਰ ਤੋਤਾ ਸਿੰਘ ਦੇ ਕੋਲ। 33 ਕਰੋੜ ਦੀਆਂ ਕੀਟਨਾਸ਼ਕਾਂ ਕਿਹਦੇ ਦਸਤਖਤਾਂ ਦੇ ਨਾਲ ਖਰੀਦੀਆਂ ਗਈਆਂ, ਜਿਹੜੀ ਜਾਅਲੀ ਜਾਂ ਨਕਲੀ ਕੀਟਨਾਸ਼ਕਾਂ?
ਦਸਤਖਤ ਹੋਏ ਜਸਹਿਰ ਤੋਤਾ ਸਿੰਘ ਦੇ ਕਿ ਜਸਹਿਰ ਤੋਤਾ ਸਿੰਘ ਨੂੰ ਬਚਾਇਆ ਜਾ ਰਿਹਾ, ਪਰ ਉਹ ਦਬਾਅ ਵੱਧ ਰਿਹਾ। ਕਿਸਾਨੀ ਦੀ ਐਜੂਕੇਸ਼ਨ ਦਾ ਵੀ ਦਬਾਅ ਆ, ਪੋਲੀਟੀਕਲ ਪਾਰਟੀਆਂ ਦਾ ਵੀ ਦਬਾਅ ਆ, ਬਾਜਵੇ ਨੇ ਵੀ ਸਵਾਲ ਖੜਾ ਕੀਤਾ, ਮਨਪ੍ਰੀਤ ਬਾਦਲ ਨੇ ਤਾਂ ਇੱਥੋਂ ਤਾਂ ਕਹਿਤਾ ਅੱਜ ਵੀ ਜਸਹਿਰ ਤੋਤਾ ਸਿੰਘ ਨਹੀਂ, ਖੁਦ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਇਹਦੇ ਜ਼ਿੰਮੇਵਾਰ ਹੈ, ਉਹਨਾਂ ਦੇ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੇ ਕਿਹਾ ਹੈ। ਸਰਕਾਰ ਘਿਰੀ ਹੋਈ ਹੈ, ਹਾਲੇ ਵੀ ਸਰਕਾਰ ਕੋਲ ਵਕਤ ਹੈ ਕਿ ਇਸ ਮਸਲੇ ਦੇ ਉੱਤੇ ਜਸਹਿਰ ਤੋਤਾ ਸਿੰਘ ਦਾ ਰਿਜ਼ਾਈਨ ਤੁਰੰਤ ਲੈ ਲਿਆ ਜਾਏ, ਜੇ ਥੋੜਾ ਬਹੁਤ ਸਰਕਾਰ ਨੇ ਆਪਣਾ ਅਕਸ ਵਿਚਾਉਣਾ, ਨਹੀਂ ਤਾਂ ਲੋਕਾਂ ਨੇ ਇਸ ਸਰਕਾਰ ਨੂੰ ਬੇਦਖਲ 2017 ਚ ਕਰਨੇ ਕਰਨਾ ਹੈ। ਇਹ ਇਸ ਵੇਲੇ ਦੇ ਹਾਲਾਤ ਨੇ ਜੀ। ਜੀ ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਤੇ ਉਧਰੋਂ ਖਬਰਾਂ ਆ ਰਹੀਆਂ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਬਣੂਗੀ ਹੀ, ਇਹੋ ਜਿਹੀਆਂ ਕਨਸੋਆਂ ਆ, ਤੇ ਇੰਗਲੈਂਡ ਜਾਣ ਤੋਂ ਪਹਿਲਾਂ ਕਹਿੰਦੇ ਉਹਨਾਂ ਨੇ ਇੱਕ ਹੋਰ ਮੀਟਿੰਗ ਕੀਤੀ ਅਮਿਤ ਸ਼ਾਹ ਦੇ ਨਾਲ। ਕੈਪਟਨ ਅਮਰਿੰਦਰ ਜਿਹੜੇ ਆ ਉਹ ਵੱਖਰੀ ਪਾਰਟੀ ਬਣਾਉਂਦੇ ਰਸਤੇ ਤੇ ਤੁਰ ਪਏ ਆ, ਤੇ ਲੰਡਨ ਤੋਂ ਵਾਪਸ ਆ ਕੇ ਆਖਰੀ ਜਵਾਬ ਲੈ ਕੇ ਕਾਂਗਰਸ ਦੀ ਲੀਡਰਸ਼ਿਪ ਤੋਂ ਵੱਖਰੀ ਪਾਰਟੀ ਬਣਾਉਣ ਦਾ ਧਮਾਕਾ ਕੈਪਟਨ ਅਮਰਿੰਦਰ ਕਰ ਸਕਦੇ ਆ। ਅਸੀਂ ਇਹਦੇ ਤੇ ਸਾਫ਼ ਤੌਰ ਦੇ ਉੱਤੇ ਇਸ ਧਾਰਨਾ ਦੇ ਪੱਖ ਚ ਆ, ਜਾਂ ਇਸ ਧਾਰਨਾ ਦੀ ਧਾਰਨੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾਉਣ ਦੇ ਇੱਕ ਬਹੁਤ ਹੀ ਰਿਸਕੀ ਕਦਮ ਤੇ ਚੱਲ ਸਕਦੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਉਹਦੇ ਵਾਸਤੇ ਹਾਈ ਕਮਾਂਡ ਦਾ ਮੁਕੰਮਲ ਕੈਪਟਨ ਅਮਰਿੰਦਰ ਨੂੰ ਰੱਦ ਕਰਨ ਦਾ ਫੈਸਲਾ ਪਹਿਲਾਂ ਆਏਗਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਵੱਖਰੀ ਪਾਰਟੀ ਬਣਾਉਣਗੇ। ਜੇ ਹਾਈ ਕਮਾਂਡ ਕੈਪਟਨ ਅਮਰਿੰਦਰ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੰਦੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਕੋਲ ਚਾਰਾ ਹੀ ਕੋਈ ਨਹੀਂ, ਉਹਨੇ ਵੱਖਰੀ ਪਾਰਟੀ ਬਣਾਉਣੀ ਹੈ ਤੇ ਵੱਖਰੀ ਪਾਰਟੀ ਬਣਾ ਕੇ ਆਪਣਾ ਇੱਕ ਸਾਥੀ ਲੱਭਣ ਦੇ ਆਸਰੇ ਤੇ ਪੰਜਾਬ ਦੇ ਵਿੱਚ ਇੱਕੋ ਵੱਡੀ ਤਾਕਤ ਬਣ ਕੇ ਉਭਰਨ ਤੇ ਆਪਣੇ ਮੁੱਖ ਮੰਤਰੀ ਦੁਆਰਾ ਮੁੱਖ ਮੰਤਰੀ ਬਣਨ ਦਾ ਸੁਪਨਾ ਉਹ ਸਾਕਾਰ ਕਰ ਸਕਦੇ, ਤੇ ਉਹਨਾਂ ਕੋਲ ਸਭ ਤੋਂ ਨੇੜਲਾ ਸਹਿਯੋਗੀ ਕੋਈ ਹੋਏਗਾ ਤੇ ਉਹ ਬੀਜੇਪੀ ਹੀ ਹੋਏਗੀ, ਤੇ ਬੀਜੇਪੀ ਅਕਾਲੀ ਦਲ ਨੂੰ ਛੱਡ ਕੇ ਕੈਪਟਨ ਦੇ ਨਾਲ ਆਏਗੀ। ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਇਸ ਕਿਸਮ ਦਾ ਤਹਿ ਰਹੇ ਕੁਝ ਨਾ ਕੁਝ ਹੋਇਆ ਹੋ ਸਕਦਾ। ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਇਸ ਮੀਟਿੰਗ ਨੂੰ ਅਮਿਤ ਸ਼ਾਹ ਦੇ ਨਾਲ ਜਿਹੜੀ ਮੀਟਿੰਗ ਹੈ ਉਹਨੂੰ ਇਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਦੀ ਪਤਨੀ ਬੀਬੀ ਪ੍ਰਨੀਤ ਕੌਰ ਦੇ ਬਹੁਤ ਸਾਰੇ ਵਿਦੇਸ਼ੀ ਬੈਂਕਾਂ ਦੇ ਵਿੱਚ ਖਾਤੇ ਹੈ, ਸਵਿਸ ਬੈਂਕਾਂ ਦੇ ਵਿੱਚ, ਤੇ ਉਸ ਨਜ਼ਰੀਏ ਤੋਂ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਨਜ਼ਲਾ ਨਾ ਡਿੱਗੇ, ਕੋਈ ਜਾਂਚ CBI ਦੀ ਜਾਂ ਹੋਰ ਜਾਂਚ ਦਾ ਉਹਨਾਂ ਦੇ ਉੱਤੇ ਮੜ ਦਿੱਤੀ ਜਾਏ, ਉਹਦੇ ਬਚਾਅ ਵਾਸਤੇ ਉਹ ਅਮਿਤ ਸ਼ਾਹ ਨੂੰ ਪਹਿਲਾਂ ਮਿਲ ਕੇ ਆਪਣਾ ਜਿਹੜਾ ਬੰਨ ਸ਼ੁਭ ਕਰ ਰਿਹਾ, ਇਹ ਵੀ ਇੱਕ ਗੱਲ ਆ ਰਹੀ ਹੈ। ਪਰ ਓਵਰਆਲ ਗੱਲ ਹੈ ਪੰਜਾਬ ਕਾਂਗਰਸ ਦੇ ਵਿੱਚ ਜ਼ਿੰਮੇਵਾਰੀ ਵਾਲਾ ਜਿਹੜਾ ਮਸਲਾ ਹੈ ਉਸ ਐਂਗਲ ਤੋਂ ਦੇਖਿਆ ਉਡੀਕ ਕਰਨਾ ਪਏਗਾ ਹਫ਼ਤਾ 10 ਦਿਨ ਹੋਰ ਸਾਨੂੰ ਵੀ ਕੈਪਟਨ ਅਮਰਿੰਦਰ ਲੰਡਨ ਤੋਂ ਆਉਂਦੇ ਕਿਸ ਕਿਸਮ ਦਾ ਐਟੀਚਿਊਡ ਜਿਹੜਾ ਗ੍ਰਹਿਣ ਕਰਦੇ ਆ, ਕਿਉਂਕਿ ਪਿਛਲੇ ਦਿਨਾਂ ਵਿੱਚ ਬੀਬੀ ਰਜਿੰਦਰ ਕੌਰ ਭੱਠਲ, ਜਗਮੀਤ ਬਰਾੜ ਤੋਂ ਲੈ ਕੇ ਬਾਕੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਕੇ ਉਹਨਾਂ ਨੇ ਕੈਪਟਨ ਦੇ ਵੱਖਰੀ ਪਾਰਟੀ ਬਣਾਉਣ ਦੇ ਮੁੱਦੇ ਤੇ ਕਿਹਾ ਕਿ ਉਹ ਵੱਖਰੀ ਪਾਰਟੀ ਨਹੀਂ ਬਣਾਉਣਗੇ। ਤੇ ਮਨੀਸ਼ ਤਿਵਾੜੀ ਜਿਹੜੇ ਬੁਲਾਰੇ ਰਹੇ ਨੇ ਕਾਂਗਰਸ ਪਾਰਟੀ ਦੇ ਆਲ ਇੰਡੀਆ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਤੋਂ ਬਿਨਾਂ 2017 ਦੀਆਂ ਚੋਣਾਂ ਕਾਂਗਰਸ ਨਹੀਂ ਜਿੱਤ ਸਕਦੀ। ਸ਼ਕੀਲ ਅਹਿਮਦ ਨੇ ਵੀ ਇਹ ਕਿਹਾ ਪੰਜਾਬ ਕਾਂਗਰਸ ਦਾ ਇੰਚਾਰਜ ਵੀ ਕੈਪਟਨ ਇੱਕ ਵੱਡੇ ਆਗੂ ਨੇ ਕਾਂਗਰਸ ਦੇ, ਉਹ ਵੱਖਰੀ ਪਾਰਟੀ ਨਹੀਂ ਬਣਾਉਣਗੇ। ਸੋ ਇਸ ਸਥਿਤੀ ਦੇ ਵਿੱਚ ਸਾਰਾ ਸੀਨ ਅਸੀਂ ਉੱਭਰਦਾ ਦੇਖ ਰਹੇ ਹਾਂ ਤੇ ਸਾਡੀ ਧਾਰਨਾ ਇਹੀ ਹੈ ਕਿ ਉਹ ਵੱਖਰੀ ਪਾਰਟੀ ਹਾਲ ਫਿਲਹਾਲ ਤਾਂ ਨਹੀਂ ਬਣਾਉਣ ਲੱਗੇ, ਬਣਾਉਣਗੇ ਉਦੋਂ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁਕੰਮਲ ਤੌਰ ਦੇ ਉੱਤੇ ਹਾਈਕਮਾਂਡ ਵੱਲੋਂ ਰੱਦ ਕਰ ਦਿੱਤਾ ਜਾਏਗਾ ਜਾਂ ਉਹਨਾਂ ਦਾ ਜਿਹੜਾ ਦਾਅਵਾ ਹੈ ਉਸ ਦਾਅਵੇ ਨੂੰ ਬਿਲਕੁਲ ਨਾ ਮੰਨਿਆ ਜਾਏ, ਫਿਰ ਉਹ ਵੱਖਰੀ ਪਾਰਟੀ ਬਣਾਉਣ ਦੇ ਇੱਕ ਰਿਸਕੀ ਰਸਤੇ ਦੇ ਉੱਤੇ ਜਾਣ ਵਾਸਤੇ ਆਜ਼ਾਦ ਰਹਿਣਗੇ ਜੀ। ਜੀ ਤੇ ਜਿਸ ਤਰ੍ਹਾਂ ਆਪਾਂ ਨਾਲੋ ਨਾਲ ਦੇਖਦੇ ਕਿ ਦੂਸਰਾ ਮਸਲਾ ਬੜਾ ਭਖਿਆ ਹੋਇਆ ਆ, ਜਿਸ ਤਰ੍ਹਾਂ ਸਾਡੇ ਜਥੇਦਾਰਾਂ ਨੇ ਮਾਫ਼ੀ ਦੇ ਦਿੱਤੀ ਆ ਸੌਦਾ ਸਾਧ ਨੂੰ, ਅਤੇ ਕਿ ਇਹਨਾਂ ਹਾਲਾਤਾਂ ਦੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ, ਲੱਗਦਾ ਨਹੀਂ ਕਿ ਜਥੇਦਾਰ ਯੂ ਟਰਨ ਮਾਰ ਸਕਦੇ ਆ ਉਸ ਮਾਫ਼ੀਨਾਮੇ 'ਤੇ ਵਿਚਾਰ ਕਰ ਸਕਦੇ ਦੁਬਾਰਾ? ਦੇਖੋ ਇਸ ਵੇਲੇ ਪੰਜਾਬ ਸਰਕਾਰ ਕਈ ਫਰੰਟਾਂ ਦੇ ਉੱਤੇ ਘਿਰੀ ਹੋਈ ਹੈ, ਕਿਸਾਨੀ ਦੇ ਇਸ਼ੂ ਦੇ ਉੱਤੇ ਸਰਕਾਰ ਘਿਰੀ ਹੋਈ ਹੈ, ਬਾਕੀ ਜਿਹੜੇ ਲੋਕ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰ ਦੇ ਉੱਤੇ
एक दबाव बना रहे ने, चाहे मुलाजम है, चाहे आंगनवाड़ी वर्कर हैगे है, चाहे खेत मजदूर है, तो सियासी पार्टियां का भी एक दबाव जिहड़ा चल रहा है। इन विच भी एक धार्मिक जिहड़ा इशू है, उस इशू के उत्ते भी सरकार इस करके घिर गई क्योंकि सिरसे वाले साहब नूं जिहड़ी माफी दिती गई है उन्हूं पंच साहिबान का फैसला नहीं मन्निया जा रहा, उन्हूं सियासत का फैसला सिख पंथ की जिहड़ी सुप्रीम है उस तों करवाया गया मन्निया जा रहा कि सियासत ने, सत्ता की सियासत ने यानी बादलों ने यह फैसला सिंह साहिबान तों करवाया। इस करके लाजमी तौर के उत्ते श्री अकाल तख्त साहब का जिहड़ा वकार है उन्हूं सट वजी है। असीं बार बार ये गल कहिंदे रहे हां भी धर्म ते सियासत जिहड़ी है ठीक है, तुसीं नाल नाल चलाउणा चाहुंदे चलाई जाओ, भी धर्म दे उत्ते सियासत जे गलवा पाउणा चाहे तां उहदे बड़े खतरनाक सिक्के निकलदे आ। उही सिक्का है भी 8 साल पहलां भी धर्म ने तां सियासत ने अपने गलवे च रखण दी कोशिश कीती, पंजाब जानी नुकसान भी होया, सारा पंजाब सड़ गया, बल गया, खास तौर पर मालवा डेरा मुखी टकरा जिहड़ा डेरे दे प्रेमिया ते सिख संगतां दे विचाले जिहड़ा होया जी। और जो सारा कुछ शांत सी अचानक के फैसला करना, इस भी वोटां दी सियासत है, इस करके सरकार लाजमी तौर दे उत्ते घिरी हुई है। हुण इस चो निकलना किदां, इहदे इहदे तरीके लभे जा रहे हैं, जिहड़ी साडे कोल जानकारी आ रही अंदर खाते कुछ इदां दी चर्चा चल रही है, पॉसिबिलिटी है कि इस मसले नूं इदां ट्रीट कीता जाए कि लोग ये गल भुल जाण, डेरा मुखी वाला मसला भुल जाण। और ट्रीट किदां कीता जाए, ट्रीट इदां कीता जाए कि अकाल तख्त साहब दे जथेदार बदल दिते जाण। ये चर्चा है, वाले कोई उस हकीकत नहीं है, चर्चा है भी किसी भी जेल च बैठे सिख आगू नूं अकाल तख्त साहब का जथेदार साफ दिता जाए, जिहदे ते ना गर्म दलिया कोई इतराज होवे, ना नरम दलिया नूं कोई विरोध ना होवे, ते अपने किसी खास बंदे नूं एक्टिंग जिहड़ा जथेदार ला दिता जाए। ये चर्चा चल रही है इस वेले, ये विधि शायद पंजाब सरकार जां श्रोमणी अकाली दल बादल जिहड़े है दोबारा अजमानी चाहुणगे पंजाब दे इस धार्मिक मसले दे उत्ते। इहदा भाव यह है कि जिहड़ी सुप्रीम ताकत है साडी, उस ताकत नूं भी जिहड़ी सत्ता दी सियासत है अपने तरीके नाल वरतदी है, वरतदी आई है ते हुण वरतणा उहने फेर है। इहदे तों इह पता लग जांदा है कि आस्था ते अकीदा जिहड़ा आ उहदा किड्डे वड्डे पद्धर दे उत्ते साडी सियासत जिहड़ी है सत्ता दी सियासत उहदा एक्सप्लेनेशन करदी है। जी जी बिल्कुल सही आ, बंदे नूं उस नूं ही इन्होंने कई रेकमेंड करना है, जिहड़ी सत्ताधारी पार्टी है जिहड़ी उन्हां दी कोई भी होवे उत्थे बैठा जू जी हजूर होवे, जे लोकां ते किहे कीता गया तो शायद कोई होर भी हो सकता। अगे मेरा आखिरी सवाल है जी कि हिंदुस्तान दे प्रधानमंत्री नरेंद्र मोदी बाहरले देशां दे विच तां बड़े भज्जे फिरदे आ, पर भारत का दौरा भी वह घट करते हैं, तो भारत में बोलते भी बहुत घट है, जिस तरह गऊ का मास खाना या नहीं खाना, जिन्ना भी इतने सारे लोग अपसट होए पे आते क्यों नहीं बोल रहे, लोग जड़े आ कई अपने पुरस्कार भी वापस कर रहे आ कि नरेंद्र मोदी बोल ही नहीं रहे। देखो गल है, सरकार साढ़े देश के जिन लोगों की है वह अपनी राजनीति पूरी तरह किसी ना किसी रूप दे विच सीधे या सीधे रूप दे विच भारतीय आवाम दे उत्ते इंपोज करना चाहते, लदना चाहते, उन्हां दी राजनीति यही है। जिस राजनीति दे चलदिआं ओह गऊ मास दा जिहड़ा मुद्दा है उहनूं अपने तरीके दे नाल कैश करदे आ। अचानक ही ताकतां कित्थों पैदा हो गईआं? भारत तां सदियां तों इक बहुत ही शानदार रवायतां दे नाल जीवण वाला मुल्क है। भारत दा 125 अरब आवाम जिहड़ा आ ਉਹ ਆਪਣੇ ਇਸ ਕਰੈਕਟਰ ਕਰਕੇ ਜਾਣਿਆ ਜਾਂਦਾ ਹੈ ਕਿ ਇੱਥੇ ਵੱਖਰੀਆਂ ਵੱਖਰੀਆਂ ਜਾਤਾਂ ਧਰਮਾਂ ਦੇ ਲੋਕ ਜਿਹੜੇ ਹੈ ਉਹ ਆਪਸੀ ਮੁਹੱਬਤ ਦੇ ਨਾਲ ਰਹਿੰਦੇ ਨਹੀਂ, ਸਗੋਂ ਦੇਸ਼ ਦੇ ਵਿਕਾਸ ਦੇ ਵਿੱਚ ਭਰਪੂਰ ਯੋਗਦਾਨ ਪਾਉਂਦੇ ਹੈ। ਇਹ ਰਵਾਇਤਾਂ ਜਿਹੜੀ ਹੈ ਜਾਂ ਇਹ ਸਾਂਝੀ ਰਹਿਤਨ ਜਿਹੜੀ ਹੈ ਉਹਨੂੰ ਤੋੜਨ ਦੇ ਰਸਤੇ ਤੇ ਨਰਿੰਦਰ ਮੋਦੀ ਦੀ ਸਰਕਾਰ ਹੈ, ਇਸ ਕਰਕੇ ਵਾਰ ਵਾਰ ਇਸ ਤਰ੍ਹਾਂ ਦੇ ਮੁੱਦੇ ਉੱਭਰਦੇ ਹੈ। ਗਊ ਮਾਸ ਦਾ ਬੀਫ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਬਿਲਕੁਲ ਨਿੱਜੀ ਮਾਮਲਾ ਹੈ। ਮੈਂ ਅੱਗੇ ਵੀ ਕਹਿੰਦਾ ਧਰਮ ਤੁਹਾਡਾ ਜੀਵਨ ਢੰਗ, ਤੁਹਾਡਾ ਖਾਣ ਪੀਣ, ਤੁਹਾਡਾ ਪਹਿਨਣਾ ਪਛਕਣਾ, ਇਹ ਸਾਡੇ ਕਲਚਰ ਦਾ ਪਾਰਟ ਹੈ। ਇਹ
ਬਿਲਕੁਲ ਨਿੱਜੀ ਹੈ। ਮੈਂ ਕੀ ਖਾਣਾ, ਕੀ ਪੀਣਾ, ਕੀ ਪਾਉਣਾ, ਕਿੱਦਾਂ ਤੁਰਦਾ, ਮੇਰਾ ਮਾਮਲਾ ਹੈ। ਕਿਸੇ ਨੂੰ ਮੇਰੀ ਜ਼ਿੰਦਗੀ ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਕਿਸ ਧਰਮ ਚ ਆਸਥਾ ਰੱਖਦਾ ਜਾਂ ਮੈਂ ਨਾਸਤਕ ਹੈ ਜਾਂ ਮੈਂ ਆਸਥਕ ਹੈ, ਮੇਰਾ ਮਸਲਾ ਹੈ। ਇਹਦੇ ਤੇ ਚਾਹੇ ਕੋਈ ਸਰਕਾਰ ਹੋਵੇ, ਚਾਹੇ ਕੋਈ ਵਿਅਕਤੀ ਵਿਸ਼ੇਸ਼ ਹੋਵੇ, ਉਹਦਾ ਕੀ ਅਧਿਕਾਰ ਹੈ? ਪਰ ਇੱਕ ਵਿਅਕਤੀ ਨੂੰ ਇਸ ਸ਼ੱਕ ਦੇ ਵਿੱਚ ਮਾਰ ਦਿੱਤਾ ਜਾਏ ਕਿ ਉਹਨੇ ਘਰ ਦੇ ਵਿੱਚ ਆਪਣੀ ਫਰਿੱਜ ਦੇ ਵਿੱਚ ਬੀਫ ਰੱਖਿਆ ਹੋਇਆ, ਤਾਂ ਮੇਰੇ ਪਰਿਵਾਰ ਨੇ ਕਿਹਾ ਕਿ ਨਹੀਂ ਉਹ ਬੀਫ ਨਹੀਂ ਸੀ। ਪਰ ਮੈਂ ਕਹਿੰਦਾ ਬੀਫ ਵੀ ਹੋਵੇ ਤਾਂ ਉਹਨੂੰ ਸਜ਼ਾ ਦੇਣ ਦਾ ਅਧਿਕਾਰ, ਜੇ ਕਾਨੂੰਨ ਤੌਰ ਦੇ ਉੱਤੇ ਪਾਬੰਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਸਜ਼ਾ ਦੇਣ ਦਾ ਅਧਿਕਾਰ ਕਿਹਨੂੰ? ਕੀ ਇਸ ਗੱਲ ਦੀ ਆਗਿਆ ਦਿੱਤੀ ਜਾ ਸਕਦੀ ਹੈ ਕਿ ਇੱਕ ਅੰਨੀ ਭੀੜ ਆਵੇ? ਭੀੜ ਦੀ ਅੱਖਾਂ ਨੀ ਹੁੰਦੀਆਂ, ਭੀੜ ਦੇ ਚਿਹਰੇ ਵੀ ਨੀ ਹੁੰਦੇ। ਇੱਕ ਭੀੜ ਆਵੇ, ਇੱਕ ਇਸ ਕਰਕੇ ਬੰਦੇ ਨੂੰ ਮਾਰ ਦੇਵੇ ਵੀ ਤੂੰ ਆਪਣੀ ਫਰਿੱਜ ਦੇ ਵਿੱਚ ਬੀਫ ਰੱਖਿਆ ਹੋਇਆ, ਇਹਨੂੰ ਕਿੱਦਾਂ ਬਰਦਾਸ਼ਤ ਕੀਤਾ ਜਾ ਸਕਦਾ? ਤੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਚੁੱਪ ਵੱਟ ਕੇ ਬੈਠੇ ਹੋਣ, ਉਹ ਪ੍ਰਧਾਨ ਮੰਤਰੀ ਦੁਨੀਆ ਭਰ ਦੇ ਵਿੱਚ ਜਿਹੜੇ ਘੰਟੇ ਘੰਟੇ ਦਾ ਉਹਨਾਂ ਦਾ ਸਧਾਰਨ ਭਾਸ਼ਣ ਵੀ ਇੱਕ ਘੰਟੇ ਦਾ, ਉਹ ਇਹਨਾਂ ਮੁੱਦਿਆਂ ਤੇ ਬੋਲਦੇ ਤੱਕ ਨਹੀਂ? ਬੋਲਣਾ ਨਾ ਬੋਲਣਾ ਕਿਸੇ ਮੁੱਦੇ ਤੇ, ਚੁੱਪ ਰਹਿਣਾ ਕਿਸੇ ਮੁੱਦੇ ਤੇ, ਉਸ ਗੁਨਾਹ ਦੇ ਵਿੱਚ ਸ਼ਾਮਿਲ ਹੋਣਾ ਹੁੰਦਾ। ਮੈਂ ਸਮਝਦਾ ਕਿ ਜਿਹਨਾਂ ਲੋਕਾਂ ਨੇ ਉਸ ਵਿਅਕਤੀ ਦਾ ਕਤਲ ਕੀਤਾ, ਦਾਦਰੀ ਪਿੰਡ ਦੇ ਕੋਲ ਉੱਤਰ ਪ੍ਰਦੇਸ਼ ਦੇ ਵਿੱਚ, ਦਿੱਲੀ ਤੋਂ 40 ਕਿਲੋਮੀਟਰ ਦੂਰ ਪਿੰਡ ਆ ਉਹ, ਜਿਹਨਾਂ ਲੋਕਾਂ ਨੇ ਉਹਦਾ ਮਰਡਰ ਕੀਤਾ ਜਿਸ ਭੀੜ ਨੇ, ਉਸ ਭੀੜ ਦੇ ਵਿੱਚ ਪ੍ਰਧਾਨ ਮੰਤਰੀ ਦੀ ਚੁੱਪ ਵੀ ਸ਼ਾਮਿਲ ਹੈ, ਉਹ ਵੀ ਬਰਾਬਰ ਦੇ ਗੁਨਾਹਗਾਰ ਹੈ। ਮੈਂ ਸਮਝਦਾ ਲੋਕ ਇਹਦਾ ਜਵਾਬ ਦੇਣਗੇ, ਲੋਕ, ਭਾਰਤੀ ਆਵਾਮ ਇਹਦਾ ਅੱਜ ਨਹੀਂ ਤੇ ਕੱਲ ਜ਼ਰੂਰ ਜਵਾਬ ਦੇਣਗੇ। ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਕੁਛ ਵੀ ਹੋ ਰਿਹਾ ਉਸ ਦੇ ਬਾਰੇ ਦੱਸਿਆ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਅੱਜ ਹੀ ਇਹ ਸਨ ਸੁਸ਼ੀਲ ਦਸਾਂਝ, ਜੋ ਕੁਝ ਖਬਰਾਂ ਉਹਨਾਂ ਦੇ ਨਾਲ ਅਸੀਂ ਸਾਂਝੀਆਂ ਕਰ ਰਹੇ ਸੀ। ਹੁਣ ਬਲਵਿੰਦਰ ਕੌਰ ਨੂੰ ਵੀ ਅਗਲੇ ਬੁਲਟਨ ਤੱਕ ਇਜਾਜ਼ਤ ਦਿਓ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।